ਲਓ ਜੀ ਚੈੱਕ ਕਰੋ ਜੀ, ਨਾ ਭੜੋਲਾ ਫਿਰ ਰਿਹਾ, ਠੀਕ ਹੈ ਜੀ। ਘੰਟੇ ਵਾਲਾ ਕੰਮ ਮਿੰਟਾਂ ਦੇ ਵਿੱਚ ਜਨਾਬ ਮੁਕਾਉਂਦਾ। ਓਏ ਹੋਏ ਹੋਏ, ਠੀਕ ਹੈ ਅਤੇ ਲਓ ਜੀ ਆਉਣ ਲੱਗ ਪਏ ਨੇ ਤੁਹਾਨੂੰ, ਠੀਕ ਹੈ ਜੀ। ਚੈੱਕ ਕਰੋ ਜਨਾਬ ਕਿਆ ਹੋਇਆ। ਓਏ ਹੋਏ ਹੋਏ, 5 ਮਿੰਟਾਂ ਨਹੀਂ, ਇਹਦੇ ਵਿੱਚ ਕਿੰਨੇ ਦਾਣੇ ਸਟੋਰ ਹੋ ਜਾਂਦੇ ਨੇ? ਇਹ ਤਕਰੀਬਨ 5 ਮਿੰਟ ਦੇ ਅੰਦਰ ਜਿਹੜਾ ਨਾ ਇਹ ਵੈਪਰ ਗਿਰ ਗਿਆ ਨਾ। ਸਭ ਤੋਂ ਪਹਿਲਾਂ ਦਰੂਦ ਸਲਾਮ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੀ ਵਸਾਬੀ ਵਸੱਲਮ। ਅਸਲਾਮ ਅਲੈਕੁਮ ਸੱਜਣਾ ਸਾਥੀਆਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ ਜੀ। ਅੱਜ ਦਾ ਵਲੌਗ ਕਰਨੇ ਸਟਾਰਟ, ਵਿਖਾਉਣ ਲੱਗਾ ਜਨਾਬ ਹਾਰਡ ਵੈਸਟਰ ਕਿੰਜ ਫਿਰਦਾ, ਠੀਕ ਹੈ, ਅਤੇ ਕਿੰਜ ਕਤਰਾਈ ਕਰਦਾ ਜਿਹਨੂੰ ਅਸੀਂ ਭੜੋਲਾ ਕਹਿੰਦੇ ਹਾਂ, ਠੀਕ ਹੈ ਜੀ। ਅਤੇ ਉਹਦੀ ਨਾਲ ਜਨਾਬ ਅੱਜ ਪੈਲੀ ਦੇ ਵਿੱਚੋਂ ਕਤਰਾਈ ਕਰਾਉਣੀ ਹੈ, ਠੀਕ ਹੈ। ਅਤੇ ਆਓ ਫਿਰ ਜਨਾਬ ਕਤਰਾਈ ਕਰਾਈਏ ਕਣਕ ਦੀ, ਅਤੇ ਜਨਾਬ ਤੁਹਾਡੇ ਨਾਲ ਸ਼ੇਅਰ ਕਰੀਏ ਸਾਰਾ ਪ੍ਰੋਸੈਸ ਕਿ ਕਿੰਜ ਫਿਰਦਾ ਭੜੋਲਾ, ਠੀਕ ਹੈ। ਲਓ ਜੀ ਚੈੱਕ ਕਰੋ ਜਨਾਬ, ਭੜੋਲਾ ਫਿਰ ਰਿਹਾ, ਠੀਕ ਹੈ ਜੀ। ਘੰਟੇ ਵਾਲਾ ਕੰਮ ਮਿੰਟਾਂ ਦੇ ਵਿੱਚ ਜਨਾਬ ਮੁਕਾਉਂਦਾ। ਓਏ ਹੋਏ ਹੋਏ, ਘੰਟੇ ਵਾਲਾ ਕੰਮ ਮਿੰਟਾਂ ਦੇ ਵਿੱਚ ਹੁੰਦਾ। ਅਤੇ ਚੈੱਕ ਕਰੋ ਜਨਾਬ, ਇਹ ਕਣਕ ਵੱਢ ਰਿਹਾ ਭਰੋਲਾ, ਅਤੇ ਇਹ ਕਣਕ ਜਿਹੜੀ ਹੈ ਨਾ ਉਹ ਦਾਣੇ ਬਣਾ ਕੇ ਆਪਣੇ ਅੰਦਰ ਹੀ ਰੱਖ ਲੈਂਦਾ ਦਾਣੇ। ਅਤੇ ਇਹ ਚੈੱਕ ਕਰੋ ਜਿਹੜਾ ਪਿੱਛੂ ਜਨਾਬ ਨਾੜ ਸੁੱਟ ਜਾਣ ਪਿੱਛੇ ਥੱਲੇ, ਇਹ ਵੇਖੋ ਪਿੱਛੇ ਸਾਈਡ ਨੂੰ ਨਾੜ ਜਿਹੜਾ ਥੱਲੇ ਸੁੱਟ ਰਿਹਾ ਨਾ, ਇਹ ਵੀ ਅਸੀਂ ਇਸਤੇਮਾਲ ਕਰਦੇ ਹਾਂ ਅਸੀਂ ਲੋਕ ਪੰਜਾਬੀ, ਉਹ ਇਸ ਵਾਸਤੇ ਆ ਵੇਖੋ। ਅਤੇ ਜਨਾਬ ਅਸੀਂ ਇਹਦਾ ਲੋਹ ਦੇ ਵਿੱਚ ਬਾਲਦੇ ਹਾਂ, ਯਾਨੀ ਕਿ ਰੋਟੀਆਂ ਪਕਾਉਣ ਵਾਸਤੇ, ਠੀਕ ਹੈ। ਅਤੇ ਤੂੜੀ ਵਾਸਤੇ ਵੀ ਅਸੀਂ ਇਸਤੇਮਾਲ ਕਰ ਸਕਦੇ ਹਾਂ। ਅੱਜ ਕੱਲ੍ਹ ਤੁਹਾਨੂੰ ਪਤਾ ਨਿਕਲੀ ਦੀਆਂ ਨੇ ਮਸ਼ੀਨਾਂ, ਉਹ ਜਨਾਬ ਤੂੜੀ ਵੀ ਜਿਹੜੀ ਹੈ ਨਾ ਉਹ ਬਣਾ ਦਿੰਦੀਆਂ ਨੇ, ਠੀਕ ਹੈ। ਅਤੇ ਚੈੱਕ ਕਰੋ ਜਨਾਬ, ਬਿਲਕੁਲ 1-2 ਫੇਰਾ ਰਹਿ ਗਿਆ ਵੈ ਆਪਣਾ ਭੜੋਲੇ ਦਾ। ਅਤੇ ਜਨਾਬ ਕਣਕ ਬਹੁਤ ਛੋਟੀ ਸੀ, ਠੀਕ ਹੈ, ਇਹ ਵੇਖੋ ਬਿਰਲੀ ਵੀ ਹੈ ਅਤੇ ਛੋਟੀ ਵੀ ਹੈ ਕਣਕ। ਇਸ ਲਈ ਜਨਾਬ ਇਹਦੇ ਵਿੱਚ ਜਿਹੜਾ ਨਾ ਆਪੇ ਵਾਢੀ ਬੰਦਾ ਜਿਹੜਾ ਕਰਦਾ ਨਾ ਉਹਦੇ ਵਾਸਤੇ ਔਖਾ ਸੀ, ਬਿਰਲੀ ਸੀ ਕਣਕ, ਉਹ ਗਰਮੀ ਵੀ ਬੜੀ ਜ਼ਿਆਦਾ ਅਤੇ ਇਸ ਵਾਸਤੇ ਜਿਹੜਾ ਨਾ ਵਾਢੀ ਕਰਨ ਵਾਲੇ ਵਾਸਤੇ ਬਹੁਤ ਮੁਸ਼ਕਲ ਸੀ। ਅਤੇ ਨਾਲੇ ਛੋਟੀ ਕਣਕ ਹੈ ਅਤੇ ਬਿਰਲੀ ਕਣਕ ਹੈ, ਠੀਕ ਹੈ। ਅਤੇ ਇਸ ਵਾਸਤੇ ਗਰਮੀ ਦੇ ਲਿਹਾਜ਼ ਨਾਲ ਇਹ ਜਨਾਬ ਭੜੋਲਾ ਹੀ ਫੜਾਤਾ, ਠੀਕ ਹੈ। ਨਾਲੇ ਬਿਰਲੀ ਹੀ ਇਹ ਜਿਹੜਾ ਘੰਟਿਆਂ ਦੇ ਵਿੱਚ ਕੰਮ ਹੋਣਾ, ਜਿਨ੍ਹਾਂ ਵਿੱਚ ਕੰਮ ਹੋਣਾ ਨੇ ਜਨਾਬ ਮਿੰਟਾਂ ਦੇ ਵਿੱਚ ਕਰਦਾ ਜੇ। ਆਪਣੋ ਤੂੜੀ ਵੀ ਇਹਦੀ ਅਸੀਂ ਬਣਾ ਸਕਦੇ ਹਾਂ। ਆਕਸੀਜਨ ਦੇ ਵਿੱਚ ਮਸ਼ੀਨਾਂ ਨਿਕਲੀ ਦੀਆਂ ਨੇ ਐਸੀਆਂ ਕਿ ਉਹ ਮਸ਼ੀਨਾਂ ਜਨਾਬ ਤੂੜੀ ਵੀ ਬਣਾ ਦਿੰਦੀਆਂ ਨੇ, ਠੀਕ ਹੈ। ਇਹਦੇ ਥੱਲੇ ਜਿਹੜਾ ਨਾਲ ਰਹਿ ਗਿਆ ਨਾ, ਇਹ ਵੇਖੋ ਉਹਦੀਆਂ ਛੁੱਟੀਆਂ ਕਿਸ ਤਰ੍ਹਾਂ ਚੱਲਦੀਆਂ ਨੇ ਜਨਾਬ। ਅਤੇ ਬੰਦਾ ਤਾਂ ਬੈਠਾ ਦਾ ਜੀ ਦੱਸੋ, ਅਤੇ ਸਮਝ ਲਓ ਕੋਠੇ ਉੱਤੇ ਬੰਦਾ ਜਿਹੜਾ ਜਿਹਨੂੰ ਪਰੇਡ ਕਰ ਰਿਹਾ ਉਹ ਕੋਠੇ ਉੱਤੇ ਚੜਿਆ ਦਾ। ਚੈੱਕ ਕਰੋ, ਉਹਦਾ ਪਲੇਟ ਕਵਰ ਕਰਦੇ ਨੇ ਜਿੰਨਾ ਬੂਟਿਆਂ ਨੂੰ, ਉਹ ਤੋਂ ਥੱਲੇ ਵੀ ਰਹਿਣ ਦੀ ਜਗ੍ਹਾ ਹੈ, ਵਿਖਾਓ ਜੀ, ਉਹ ਤੋਂ ਥੱਲੇ ਵੀ ਨਾਲ ਰਹਿ ਜਾਂਦਾ।
ਠੀਕ ਆ ਤੁਸੀਂ ਵੇਖ ਰਹੇ ਹੋ ਤੇ ਇਹ ਨਾੜ ਜਿਹੜਾ ਨਾ ਅਸੀਂ ਬਾਅਦ ਦੇ ਵਿੱਚ ਮਸ਼ੀਨਾਂ ਦੇ ਜ਼ਰੀਏ ਜਨਾਬ ਇੱਕ ਮਸ਼ੀਨ ਨਿਕਲੀ ਦੀ ਆ ਉਹ ਵੀ ਇਹਦੇ ਹਾਰ ਹੀ ਮਸ਼ੀਨ ਹੈ ਅਤੇ ਉਹਦੇ ਨਾਲ ਅਸੀਂ ਜਨਾਬ ਤੂੜੀ ਵੀ ਬਣਵਾ ਸਕਦੇ ਹਾਂ ਉਹ ਅਤੇ ਜਨਾਬ ਨਾਲ ਉਹ ਵੱਢੀ ਜਾਂਦੀ ਹੈ ਅਤੇ ਨਾਲ ਤੂੜੀ ਬਣਾ ਕੇ ਟਰਾਲੀ ਦੇ ਵਿੱਚ ਪਿੱਛੇ ਸੁੱਟੀ ਜਾਂਦੀ ਹੈ ਠੀਕ ਆ ਉਹ ਟਰਾਲੀ ਮੁੱਲ ਦਿੰਦੇ ਨੇ ਠੀਕ ਹੈ ਲਓ ਜੀ ਇਹ ਭਾਈ ਨੇ ਇਹਨਾਂ ਦਾ ਭੜੋਲਿਆ ਠੀਕ ਹੈ ਅਤੇ ਇਹਨਾਂ ਨੂੰ ਪੁੱਛਣੇ ਆ ਕਿ ਜਨਾਬ ਭੜੋਲਿਆ ਜਿਹੜਾ ਨਾ ਕਿੰਨੇ ਮਿੰਟਾਂ ਦੇ ਵਿੱਚ ਇੱਕ ਕਿਲੋ ਵੱਟ ਲੈਂਦਾ ਅਤੇ ਦੂਸਰੇ ਨੰਬਰ 'ਤੇ ਇਹ ਦਾਣੇ ਆਪਣੇ ਵਿੱਚ ਸਟੋਰ ਕਰਦਾ ਅਤੇ ਜਨਾਬ ਭਾਈ ਹੋਰਾਂ ਨੂੰ ਪੁੱਛਣੇ ਆ ਅੱਛਾ ਭਾਈ ਜਾਨ ਦੱਸੋ ਕਿ ਇਹ ਭੜੋਲਾ ਜਿਹੜਾ ਤੁਹਾਡਾ ਇਹ ਕਿੰਨੇ ਮਿੰਟਾਂ ਦੇ ਵਿੱਚ ਕਿਲੋ ਪੈਲੀ ਵੱਟ ਛੱਡਦਾ ਪੰਜਾਂ ਮਿੰਟਾਂ ਨਹੀਂ ਇਹਦੇ ਵਿੱਚ ਕਿੰਨੇ ਦਾਣੇ ਸਟੋਰ ਹੋ ਜਾਂਦੇ ਨੇ 100 ਮਣ ਕਹਿੰਦੇ ਨੇ ਸਟੋਰ ਹੋ ਜਾਂਦੇ ਨੇ ਇਹਦੇ ਵਿੱਚ ਅਤੇ 5 ਮਿੰਟਾਂ ਦੇ ਵਿੱਚ ਕਿਲਾ ਵੜ ਛੱਡਦਾ ਚਾਚੇ ਹੋਰੀ ਆਏ ਜੇ ਇਹਨਾਂ ਨੇ ਜਨਾਬ ਫੜਾਇਆ ਇਹ ਤਕਰੀਬਨ 5 ਮਿੰਟ ਦੇ ਅੰਦਰ ਜਿਹੜਾ ਨਾ ਇਹ ਵਾਪਰ ਗਿਆ ਨਾ ਕਿੱਲੇ ਦੇ ਕਿੰਨੇ ਪੈਸੇ ਲੈਂਦੇ ਨੇ ਕਿੱਲੇ ਦੇ ਕਿੰਨੇ ਪੈਸੇ ਦਿੱਤੇ ਨੇ ਕਿੱਲੇ ਦੇ 6,000 ਰੁਪਇਆ ਦਿੱਤਾ ਠੀਕ ਹੈ ਅਤੇ ਇਹ ਕਿੰਨੇ ਮਿੰਟਾਂ ਜਿਹੜਾ ਵੜ ਛੱਡਿਆ ਤੁਹਾਡਾ ਕਿਲੋ ਤਕਰੀਬਨ 50 ਜ਼ਿਆਦਾ 5-6 ਮਿੰਟ ਲੱਗੇ ਕਿਆ ਬਾਤ ਹੈ ਅਤੇ ਕਿੱਥੇ ਲੈ ਹੁਣ ਦਾਣੇ ਦੁੱਧਨੇ ਨੇ ਹਾਂਜੀ ਦਾਣੇ ਚੜੇ ਨੇ ਇਹਨਾਂ ਨੂੰ ਆਖਿਆ ਜਿਹੜਾ ਨਾ ਇਹ ਲੱਗ ਕੇ ਰੋਡ 'ਤੇ ਰੋਡ ਬਹੁਤ ਉੱਚਾ ਠੀਕ ਹੈ ਯਾਨੀ ਕਿ ਚੜ੍ਹਾਈ ਹੈ ਠੀਕ ਹੈ ਚੈੱਕ ਕਰੋ ਜਨਾਬ ਹਾਈਟ ਹੈ ਯਾਨੀ ਕਿ ਅਤੇ ਇਸ ਵਾਸਤੇ ਜਨਾਬ ਭੜੋਲਾ ਉੱਤੇ ਜਾਂਦਾ ਮੁਸ਼ਕਲ ਹੈ ਥੋੜ੍ਹੀ ਜਿਹੀ ਪਰ ਲੇਕਿਨ ਜਾ ਰਿਹਾ ਇਹਦੇ 'ਚ ਬਹੁਤ ਪਾਵਰ ਹੁੰਦੀ ਹੈ ਠੀਕ ਹੈ ਲਓ ਜੀ ਚਾੜ੍ਹੀ ਗਿਆ ਜੇ ਭੜੋਲਾ ਅਤੇ ਮੇਰੇ ਖਿਆਲ ਨਾਲ ਹੁਣ ਜਨਾਬ ਦਾਣੇ ਜਿਹੜੇ ਨੇ ਆਪਣੇ ਸਟੋਰ ਰੂਮ ਦੇ ਵਿੱਚੋਂ ਖਾਰਜ ਕਰਦਾ ਦਾਣੇ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ ਇਹ ਹੁਣ ਭੜੋਲਾ ਸਾਡਾ ਜਨਾਬ ਦਾਣੇ ਲਗਾ ਇੱਥੇ ਜਿਹੜੇ ਸਟੋਰ ਕੀਤੇ ਦੇ ਹਨ ਉਹ ਜਨਾਬ ਇਹ ਪੈਪ ਦੇ ਜ਼ਰੀਏ ਆਉਣਗੇ ਦਾਣੇ ਠੀਕ ਹੈ ਅਤੇ ਲਓ ਜੀ ਆਉਣ ਲੱਗ ਪਏ ਨੇ ਦਾਣੇ ਠੀਕ ਹੈ ਜੀ ਚੈੱਕ ਕਰੋ ਜਨਾਬ ਕਿਆ ਹੋਏ 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 ਇਹ ਸਟੋਰ ਕਰਦਾ ਦਾਣੇ 100 ਮਣ ਦੇ ਕਰੀਬ ਉਹ ਜਨਾਬ ਜਿਹੜਾ ਇਹਨਾਂ ਕੋਲ ਪੁੱਛਿਆ ਨਾ ਅਸੀਂ 100 ਮਣ ਦੇ ਕਰੀਬ ਇਹ ਜਨਾਬ ਭੜੋਲਾ ਜਿਹੜਾ ਨਾ ਇਹ ਦਾਣੇ ਸਟੋਰ ਕਰਦਾ ਠੀਕ ਹੈ ਦਾਣੇ ਜਿਹੜਾ ਨਾ ਖਾਰਜ ਕਰ ਰਿਹਾ ਆਪਣੇ ਸਟੋਰ ਦੇ ਵਿੱਚੋਂ ਮੈਂ ਕਰੀਬ ਕਰਕੇ ਤੁਹਾਨੂੰ ਵਿਖਾਉਣਾ ਦਾਣੇ ਜਨਾਬ ਅਤੇ ਬੜੇ ਸਾਫ਼ ਸੁਥਰੇ ਅਤੇ ਕਲੀਅਰ ਕਣਕ ਹੈ ਜਨਾਬ ਸਾਡੀ ਚੈੱਕ ਕਰ ਠੀਕ ਹੈ ਜੀ ਇਹ ਛੁਰੀਆਂ ਚੈੱਕ ਕਰੋ ਇਹਦੇ ਵਿੱਚ ਜਿਹੜਾ ਚੱਲਦਾ ਵਾ ਜਿਸ ਤਰ੍ਹਾਂ ਇਹ ਬਹੁਤ ਯਾਨੀ ਕਿ ਹੈਵੀ ਸਿਸਟਮ ਹੈ ਅਤੇ ਇਹਦੇ ਵਿੱਚ ਪਾਵਰ ਬਹੁਤ ਹੈ ਅਤੇ ਬੰਦਾ ਵੇਖੋ ਜਿਹੜਾ ਆਪਰੇਟਰ ਉੱਤੇ ਬੈਠਾ ਤਾਂ ਬਹੁਤ ਹਾਈਟ 'ਤੇ ਬੈਠਾ ਹੁੰਦਾ ਠੀਕ ਹੈ ਜੀ ਲਓ ਜੀ ਇਹ ਸਾਡੀ ਕਣਕ ਜਿਹੜੀ ਆ ਨਾ ਭੜੋਲੇ ਨੇ ਆਪਣੇ ਜਿਹੜੇ ਸਟੋਰ ਕੀਤੀ ਦੀ ਨੇ ਉਹ ਜਨਾਬ ਉਹਨੇ ਬਾਹਰ ਖਾਰਜ ਕਰ ਦਿੱਤੀ ਹੈ ਠੀਕ ਹੈ ਅਤੇ ਅਸੀਂ ਹੁਣ ਜਨਾਬ ਇਹ ਲੈ ਜਾਂਗੇ ਕਣਕ ਘਰ ਨੂੰ ਅਤੇ ਇਹ ਜਨਾਬ ਪਿੱਛੇ ਭੜੋਲਾ ਠੀਕ ਹੈ ਆਪਰੇਟਰ ਇਹਦੇ ਨਾਲ 5-6 ਹੁੰਦੇ ਨੇ ਯਾਨੀ ਕਿ ਹੈਲਪਰ ਵੀ ਅਤੇ ਆਪਰੇਟਰ ਵੀ ਨਾਲ ਹੀ ਠੀਕ ਹੈ ਅਤੇ ਤੁਸੀਂ ਵੇਖ ਹੀ ਰਹੇ ਹੋ ਪਿੱਛੇ ਮੇਰੇ ਜਨਾਬ ਭੜੋਲਾ ਅਤੇ ਉਹ ਚੈੱਕ ਕਰਕੇ ਅੱਗੇ ਚੱਲਿਆ ਯਾਨੀ ਕਿ ਜਨਾਬ ਚੈੱਕ ਕਰਵਾਓ ਕੈਮਰਾਮੈਨ ਜੀ ਨਜ਼ਦੀਕ ਕਰਕੇ ਕਿੱਡੇ ਸਾਫ਼ ਸੁਥਰੀ ਕਣਕ ਹੈ ਅਤੇ ਬਿਹਤਰੀਨ ਕਿਸਮ ਦੇ ਜਨਾਬ ਕਣਕ ਜਿਹੜੀ ਹੈ ਬਿਹਤਰੀਨ ਕਿਸਮ ਦੀ ਠੀਕ ਹੈ ਚੈੱਕ ਕਰੋ ਕਿਆ ਬਾਤ ਹੈ ਕਿਆ ਬਾਤ ਹੈ
ਬਿਹਤਰੀਨ ਕਣਕ ਜਨਾਬ ਸਾਫ਼ ਸੁਥਰੀ, ਪੀਣ ਕਰਨ ਦੀ ਵੀ ਲੋੜ ਨਹੀਂ ਹੈ, ਆਟਾ ਤੁਸੀਂ ਐਂਜੀ ਜਨਾਬ ਪਿਆ ਸਕਦੇ ਹੋ। ਅਗਰ ਅਕਸਰੀਅਤ ਦੇ ਵਿੱਚ ਬੀਬੀਆਂ ਪੀਣ ਕਰਦੀਆਂ ਨੇ ਇਹਨਾਂ ਘਰ, ਪੀਣ ਕਰਨ ਦੀ ਕੋਈ ਜ਼ਰੂਰਤ ਨਹੀਂ, ਐਡੀ ਸਾਫ਼ ਕਣਕ ਹੈ। ਠੀਕ ਹੈ ਜੀ, ਮੈਂ ਉਮੀਦ ਕਰਨਾ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ ਸੱਜਣਾਂ ਨਾਲ, ਸਾਥੀਆਂ ਨਾਲ, ਵੀਰਾਂ ਨਾਲ, ਭਰਾਵਾਂ ਨਾਲ, ਅਤੇ ਆਪਣਾ ਅਤੇ ਆਪਣੇ ਪਿਆਰਾਂ ਦਾ ਰੱਖਣਾ ਖਿਆਲ। ਸਾਨੂੰ ਦੁਆਵਾਂ 'ਚ ਯਾਦ ਰੱਖਣਾ, ਤੁਹਾਡੀਆਂ ਦੁਆਵਾਂ ਦੀ, ਤੁਹਾਡੀ ਸਪੋਰਟ ਦੀ ਬਹੁਤ ਸ਼ਦੀਦ ਜ਼ਰੂਰਤ ਹੈ। ਠੀਕ ਹੈ, ਅਤੇ ਅੱਜ ਦਾ ਵਲੌਗ ਇੱਥੇ ਕਰਨੇ ਐਂਡ, ਅਗਲੇ ਵਲੌਗ ਤੱਕ ਸਾਨੂੰ ਦੇ ਇਜਾਜ਼ਤ। ਓਕੇ, ਅੱਲਾ ਹਾਫਿਜ਼, ਅਸਲਾਮ ਅਲੈਕੁਮ।